ਨਾਮ ਨਿੱਕੂ ਭਾਰਤੀ ਆ, ਵਾਰਡ ਨੰਬਰ 30 SC ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਮੈਂ। ਅੱਜ ਸਮੂਹ ਦੇਸ਼ ਵਾਸੀਆਂ ਨੂੰ ਮੈਂ ਬਹੁਤ ਬਹੁਤ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਾ। ਔਰ ਆਉਣ ਵਾਲੇ ਸਮੇਂ 'ਚ ਵੀ ਜਿੱਦਾਂ 2024 ਚੜਿਆ, ਜਿੱਦਾਂ ਅਯੁੱਧਿਆ ਜੀ ਦਾ ਪ੍ਰਾਣ ਪ੍ਰਤਿਸ਼ਠਾ ਹੋਈ ਆ, ਅਤੇ ਇੱਦਾਂ ਹੀ 2024 ਇੱਦਾਂ ਹੀ ਖੁਸ਼ੀਆਂ ਭਰਾ ਸਾਰੇ ਦੇਸ਼ ਵਾਸੀਆਂ ਲਈ ਹੋਵੇ। ਨਾ ਕਮਲ ਸ਼ੈਲਿਆ ਜੀ, ਵਾਰਡ ਨੰਬਰ 30 ਹਲਕਾ ਸੈਂਟਰਲ ਤੋਂ। ਅਤੇ ਅੱਜ ਪੂਰੇ ਦੇਸ਼ ਦੇ ਵਿੱਚ, ਵਿਸ਼ਵ ਦੇ ਵਿੱਚ ਆਪਣਾ 75ਵਾਂ 26 ਜਨਵਰੀ ਦਾ ਜਿਹੜਾ ਸ਼ੁਭ ਦਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ। ਅਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੈ। ਬਾਬਾ ਸਾਹਿਬ ਨੇ ਜਿਹੜਾ ਇਹ ਬਹੁਤ ਹੀ ਵੱਡਾ ਉਪਰਾਲਾ ਕਰਕੇ ਦਿੱਤਾ, ਅਸੀਂ ਇਹਨੂੰ ਸੰਵਿਧਾਨ ਨਹੀਂ ਕਹਾਂਗੇ, ਅਸੀਂ ਇਹਨੂੰ ਸਾਡਾ ਗ੍ਰੰਥ ਕਹਾਂਗੇ। ਖਾਸ ਕਰਕੇ SC ਸਮਾਜ ਨੂੰ ਜਿਹੜਾ ਇੱਕ ਬਹੁਤ ਵਧੀਆ ਇਹਨਾਂ ਨੇ, ਬਾਬਾ ਸਾਹਿਬ ਨੇ ਸਾਨੂੰ ਦਿੱਤਾ ਕਿ ਵੀ ਆਪਣਾ ਹੱਕ ਸੰਵਿਧਾਨ ਦੇ ਰੂਪ ਦੇ ਵਿੱਚ ਅਸੀਂ ਹਰੇਕ ਤੋਂ ਮੰਗ ਸਕਦੇ ਹਾਂ। ਅਤੇ ਜ਼ਿਆਦਾ ਨੂੰ ਕੁਛ ਕਹਿੰਦੇ ਹੋਏ ਮੈਂ ਫਿਰ ਵੀ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ 'ਤੇ ਬਹੁਤ ਬਹੁਤ ਵਧਾਈ ਦੇਵਾਂਗਾ। ਅਤੇ ਇਸੇ ਕੜੀ ਦੇ ਵਿੱਚ ਇੱਕ ਹੋਰ ਮੈਂ ਕਹਾਂਗਾ, ਸਾਡੇ ਮਾਨਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ SC ਸਮਾਜ ਨੂੰ ਇੱਕ ਐਡੀ ਉਚਾਈ 'ਤੇ ਲੈ ਕੇ ਚਲੇ ਗਏ ਹੈ, ਪਹੁੰਚਾਇਆ ਕਿ ਵਰਲਡ ਦੇ ਵਿੱਚ ਨਾਮ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਦਾ, ਜਿਹੜਾ ਅਯੁੱਧਿਆ ਦੇ ਵਿੱਚ ਏਅਰਪੋਰਟ ਬਣਾ ਕੇ। ਅਸੀਂ ਬਹੁਤ 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 ਦਿਲੋਂ ਧੰਨਵਾਦ ਕਰਦੇ ਹਾਂ ਨਰਿੰਦਰ ਮੋਦੀ ਜੀ ਦਾ ਅਤੇ ਪੂਰੀ ਲੀਡਰਸ਼ਿਪ ਦਾ। ਅੱਜ ਜਿਹੜਾ ਇਹ ਅਯੁੱਧਿਆ ਦੇ ਵਿੱਚ ਦਿਵਾਲੀ ਦਾ ਜਿਹੜਾ ਮਹਾਂਪਰਵ ਮਨਾਇਆ ਗਿਆ, ਇਹ ਵੀ ਦੇਣ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਹੈ ਵੀ ਉਹਨਾਂ ਨੇ ਰਮਾਇਣ ਲਿਖੀ, ਰਮਾਇਣ ਦੇ ਤਹਿਤ ਹੀ ਇਹ ਸਾਰਾ ਜਿਹੜਾ ਕੰਮ ਹੈ ਉਹ ਇਹ ਹੋਇਆ ਵਾ। ਬਹੁਤ ਬਹੁਤ ਵਧਾਈ ਹੈ ਅਯੁੱਧਿਆ ਰਾਮ ਮੰਦਿਰ ਦੇ ਮੰਦਿਰ ਦੀ ਬਣਨ ਦੀ ਵੀ, ਅਤੇ ਗਣਤੰਤਰ ਦਿਵਸ ਦੀ ਜਿਹੜੀ ਬਹੁਤ ਬਹੁਤ ਵਧਾਈਆਂ।